ਪੰਜਾਬ ਦਾ ਸਿਨੈਰੀਓ ਬੜਾ ਕ੍ਰਿਸਟਲ ਕਲੀਅਰ ਸਿਨੈਰੀਓ ਹੈ ਜੀ। 11 ਮਾਰਚ ਨੂੰ ਤੁਹਾਨੂੰ ਸ਼ਾਮ ਤੱਕ ਪਤਾ ਲੱਗ ਜਾਏਗਾ ਕਿ ਕਿੰਨੇ ਵੱਡੇ ਮਾਰਜਨ ਦੇ ਨਾਲ ਆਮ ਆਦਮੀ ਪਾਰਟੀ ਨੇ ਕਿੰਨੀ ਮੈਜੋਰਟੀ ਦੇ ਨਾਲ ਸਰਕਾਰ ਬਣਾ ਰਹੀ ਹੈ। ਔਰ ਪੰਜਾਬ ਦਾ ਜਿਹੜਾ ਇਤਿਹਾਸ ਹੈ 11 ਮਾਰਚ ਤੋਂ ਬਾਅਦ ਨਵੇਂ ਤਰੀਕੇ ਨਾਲ ਲਿਖਿਆ ਜਾਣਾ ਸ਼ੁਰੂ ਹੋਏਗਾ ਔਰ ਅਸੀਂ ਬਹੁਤ ਵੱਡੀ ਮੈਜੋਰਟੀ ਦੇ ਨਾਲ ਸਰਕਾਰ ਬਣਾ ਤਰ ਦਾਅਵਾ ਕਰਨ ਦਾ ਹੱਕ ਹੈ। ਕਰ ਸਕਦੇ ਨੇ, ਅਕਾਲੀ ਵੀ ਕਰ ਰਹੇ ਹੋਣਗੇ, ਅਕਾਲੀ ਕਹਿ ਰਹੇ ਹੋਣਗੇ ਅਸੀਂ ਸਰਕਾਰ ਦੁਆਰਾ ਬਣਾ ਰਹੇ ਹਾਂ। ਸੋ ਦਾਅਵਾ ਅਸੀਂ ਦਾਅਵਾ ਕਰਨ ਤੋਂ ਥੋੜ੍ਹੀ ਕਿਸੇ ਨੂੰ ਰੋਕ ਸਕਦੇ, ਪਰ ਦਾਅਵਾ ਜਿਹੜਾ ਜੀ ਉਹ ਖਤਮ ਹੋ ਜਾਂਦਾ 11 ਮਾਰਚ ਤੋਂ ਬਾਅਦ। 11 ਮਾਰਚ ਤੋਂ ਬਾਅਦ ਸਾਹਮਣੇ ਨਿੱਤਰ ਕੇ ਸਾਰਾ ਕੁਛ ਆ ਜਾਣਾ ਜੀ। ਇਹ ਕਾਂਗਰਸ ਦੀ ਮਜਬੂਰੀ ਹੈ ਦਾਅਵਾ ਕਰਨਾ, ਕਿਉਂਕਿ ਕਾਂਗਰਸ ਅਜੇ 3 ਸਟੇਟਾਂ ਦੇ ਵਿੱਚ ਇਲੈਕਸ਼ਨ ਬਾਕੀ ਨੇ, ਅਸੀਂ ਤਾਂ ਉੱਥੇ ਲੜ ਨਹੀਂ ਰਹੇ। ਉੱਥੇ ਕਾਂਗਰਸ ਜੇ ਅੱਜ ਹਵਾ ਫੈਲ ਜਾਂਦੀ ਹੈ ਕਿ ਕਾਂਗਰਸ ਮਰ ਗਈ ਪੰਜਾਬ ਦੇ ਵਿੱਚ ਖਤਮ ਹੋ ਗਈ ਹੈ, ਅਤੇ ਇਹਨਾਂ ਦਾ ਯੂਪੀ 'ਚ ਵੀ ਸੂਪੜਾ ਸਾਫ਼ ਹੋ ਜਾਏਗਾ ਔਰ ਹੋਰ ਵੀ ਥਾਵਾਂ 'ਤੇ ਇਹਨਾਂ ਦਾ ਨੁਕਸਾਨ ਹੋਏਗਾ। ਸੋ ਉਹਨਾਂ ਨੂੰ ਇਸ ਵੇਲੇ ਹਵਾ ਬਣਾ ਕੇ ਰੱਖਣ 'ਚ ਫਾਇਦਾ। ਕਾਂਗਰਸ ਵਾਲੇ ਇਸ ਵੇਲੇ ਸਿਰਫ 500 ਕਰੋੜ ਜੇ ਉਹਨੂੰ ਦਿੱਤਾ ਸੀ ਇਹਨੂੰ ਪ੍ਰਸ਼ਾਂਤ ਕਿਸ਼ੋਰ ਨੂੰ, ਅਤੇ ਉਹਦੇ ਵਿੱਚ 20-30 ਕਰੋੜ ਹਵਾ ਦਾ ਵੀ ਹੋਣਾ ਵੀ ਹਵਾ ਭਰ ਕੇ ਰੱਖਣੀ ਹੈ ਭਗਾਨੇ ਦੇ ਵਿੱਚ। ਸੋ ਇਸ ਵੇਲੇ ਹਵਾ ਭਰ ਰਹੇ ਨੇ, ਬਾਕੀ 11 ਮਾਰਚ ਨੂੰ ਉਹਨੇ ਹਵਾ ਨੇ ਗੁਬਾਰੇ ਨੇ ਪੰਕਚਰ ਹੋਣਾ, ਲੋਕਾਂ ਨੇ ਦੇਖ ਲੈਣਾ ਕਾਂਗਰਸ ਦਾ ਕੀ ਬਣਿਆ ਪੰਜਾਬ 'ਚ। ਆਪਣੀ ਪੁਲਿਸ ਮੰਨਦੀ ਹੈ ਕਿ ਮੋਰ ਦੈਨ 50 ਗੈਂਗਸ ਜਿਹੜੇ ਨੇ ਉਹ ਐਕਟਿਵ ਨੇ ਪੰਜਾਬ ਦੇ ਵਿੱਚ, ਅਤੇ ਉਹ ਆਪਣਾ ਮਾਹੌਲ ਖਰਾਬ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ। ਔਰ ਇਲੈਕਸ਼ਨ ਤੋਂ ਬਾਅਦ ਵੀ ਜਿਹੜੇ ਹੁਣ ਜਿਹੜੀਆਂ ਪਾਰਟੀਆਂ ਹਾਰ ਰਹੀਆਂ ਨੇ ਉਹ ਬੌਖਲਾਹਟ ਦੇ ਵਿੱਚ ਆ ਕੇ ਆਪਣੀ ਫਰਸਟ੍ਰੇਸ਼ਨ ਕੱਢ ਰਹੀਆਂ ਨੇ। ਔਰ ਕੋਈ ਗੱਲ ਨਹੀਂ, ਹਰ ਚੀਜ਼ ਦਾ ਇੱਕ ਅੰਤ ਹੁੰਦਾ। ਜਦ ਇੱਕ ਐਡੀ ਵੱਡੀ ਜ਼ਾਲਮ ਸਰਕਾਰ ਦਾ ਅੰਤ ਹੋਣ ਜਾ ਰਿਹਾ, ਇਹਨਾਂ ਚੀਜ਼ਾਂ ਦਾ ਵੀ ਅੰਤ ਹੋ ਜਾਵੇ। ਕੰਮ ਪੁਲਿਸ ਦਾ, ਲਾਅ ਐਂਡ ਆਰਡਰ ਦੇ ਵਿੱਚ ਅਸੀਂ ਦਖਲ ਦੇਣਾ ਨਹੀਂ। ਅਸੀਂ ਸਿਰਫ ਇਹ ਹੈ ਕਿ ਪੁਲਿਸ ਨੂੰ ਅਨਸਰੇਬਲ ਬਣਾਵਾਂਗੇ ਔਰ ਟਾਈਮਲਾਈਨ ਲਵਾਂਗੇ ਕਦੋਂ ਤੱਕ ਇਹ ਗੈਂਗਸ ਖਤਮ ਹੋ ਜਾਣਗੇ ਪੰਜਾਬ 'ਚੋਂ, ਗੈਂਗ ਵਾਰਸ ਜਿਹੜੀਆਂ ਹੋ ਰਹੀਆਂ ਜਾਂ ਲੋਕਾਂ ਦਾ ਨੁਕਸਾਨ ਹੋ ਰਿਹਾ ਕਦੋਂ ਤੱਕ ਖਤਮ ਹੋ ਜਾਂਦਾ। ਲਾਅ ਐਂਡ ਆਰਡਰ 'ਚ ਅਸੀਂ ਦਖਲ ਨਹੀਂ ਦੇਣਾ, ਕਿਉਂਕਿ ਸਾਡਾ ਪਹਿਲਾ ਏਜੰਡਾ ਹੀ ਇਹ ਹੈ ਕਿ ਅਸੀਂ ਪੁਲਿਸਿੰਗ ਜਿਹੜੀ ਹੈ ਉਹਨੂੰ ਸਰ ਆਪਣੇ ਜਿਹੜੇ ਪੋਲੀਟੀਕਲ ਪ੍ਰਭਾਵ ਦੇ ਥੱਲਿਓਂ ਕੱਢਣਾ, ਕਿ ਪੁਲਿਸ ਇੰਡੀਪੈਂਡੈਂਟ ਬਾਡੀ ਦੀ ਤਰ੍ਹਾਂ ਕੰਮ ਕਰੇ, ਬਟ ਉਹਨੂੰ ਅਨਸਰੇਬਲ ਰੱਖਣਾ। ਟਾਈਮਲਾਈਨ ਦੇ ਨਾਲ ਪੁਲਿਸ ਅਨਸਰੇਬਲ ਹੋਏਗੀ ਕਿ ਕਿਹੜੀ ਚੀਜ਼ ਕਿੱਦਾਂ ਔਰ ਕਦੋਂ ਖਤਮ ਹੋ ਸਕਦੀ ਹੈ, ਕਿਉਂ ਨਹੀਂ ਹੋਈ, ਕਿਹਦੇ ਵਿੱਚ ਕਿੱਥੇ ਫਲੋਜ਼ ਨੇ, ਇਹ ਅਸੀਂ ਚੈੱਕ ਰੱਖਾਂਗੇ।